ਹੁਣੇ ਹੁਣੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੁਧੀਰ ਸੂਰੀ ਜੋ ਕਿ ਅੰਮ੍ਰਿਤਸਰ ਦੇ ਇੱਕ ਵਿਵਾਦਿਤ ਨੇਤਾ ਰਹੇ ਹਨ ਸ਼ਿਵ ਸੈਨਾ ਦੇ, ਜਿਨ੍ਹਾਂ ਨੇ ਕੋਈ ਧਰਨਾ ਦਿੱਤਾ ਹੋਇਆ ਸੀਗਾ ਮੰਦਿਰ ਦੇ ਸਾਹਮਣੇ, ਜਿਹੜਾ ਕੂੜੇ ਦਾ ਢੇਰ ਲੱਗਿਆ ਹੋਇਆ ਸੀਗਾ, ਉਹਦੀ ਆਪਸੀ ਬਹਿਸ ਬਸਈਆ ਜਿਹੜਾ ਪ੍ਰਧਾਨ ਨਾਲ ਹੋ ਗਿਆ ਅਤੇ ਉਸੇ ਦੌਰਾਨ ਹੀ ਕਿਸੇ ਸ਼ਖਸ ਨੇ ਉੱਪਰੋਂ ਕੋਠੇ ਤੋਂ ਗੋਲੀਆਂ ਚਲਾ ਦਿੱਤੀਆਂ ਅਤੇ 3 ਗੋਲੀਆਂ ਵੱਜਣ ਨਾਲ ਸੁਧੀਰ ਸੂਰੀ ਦੀ ਮੌਕੇ 'ਤੇ ਨਹੀਂ ਹਸਪਤਾਲ 'ਚ ਜਾ ਕੇ ਮੌਤ ਹੋ ਗਈ ਹੈ। ਅਤੇ ਅੰਮ੍ਰਿਤਸਰ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਆਉਣ ਵਾਲੀ ਜਿਹੜੀ ਹੋਰ ਵੀ ਅਪਡੇਟ ਆਪ ਜੀ ਨਾਲ ਸਾਂਝੀ ਕੀਤੀ ਜਾਊਗੀ। ਇਹ ਸੁਧੀਰ ਸੂਰੀ ਜਿਹੜੇ ਕਿ ਸ਼ਿਵ ਸੈਨਾ ਦੇ ਆਪਣੇ ਆਪ ਨੂੰ ਕਾਫੀ ਵੱਡੇ ਆਗੂ ਸਮਝਦੇ ਸੀਗੇ, ਆਮ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਖਿਲਾਫ ਵੀ, ਅਤੇ ਹੋਰ ਵੀ ਜਿਹੜੀ ਪੰਜਾਬ ਦੇ ਵਿੱਚ ਕਿਤੇ ਖਾਲਿਸਤਾਨ ਦੀ ਜਾਂ ਕੋਈ ਹੋਰ ਮੂਵਮੈਂਟ ਚੱਲਦੀ ਸੀ ਉਹਦੇ ਖਿਲਾਫ ਡਟ ਕੇ ਬਿਆਨ ਦਿੰਦੇ ਸਨ। ਅੱਜ ਉਹਨਾਂ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਹੈ। 6 ਗੋਲੀਆਂ ਤਕਰੀਬਨ ਦੱਗ ਗਈਆਂ ਉਹਨਾਂ ਦੇ ਉੱਤੇ ਅਤੇ 3 ਗੋਲੀਆਂ ਉਹਨਾਂ ਦੇ ਵੱਜਣ ਨਾਲ ਛਾਤੀ ਦੇ ਵਿੱਚ ਅਤੇ ਦਮ ਤੋੜ ਗਏ ਹਨ।